ਇਹ ਬਹੁਤ ਹੀ ਵਧੀਆ ਮੋਟਰ ਬਣਾਉਣ ਲਈ ਤੁਹਾਨੂੰ ਮਜ਼ਬੂਤ ਨਿਓਡੇਨੀਅਮ ਮੈਗਨੇਟ ਜਾਂ ਚੁੰਬਕ, ਇੱਕ 1.5 ਵੋਲਟ ਬੈਟਰੀ, ਇੱਕ ਸਾਈਕਲ ਸਪੋਕ, ਤਾਰ ਅਤੇ ਲੱਕੜੀ ਦਾ ਟੁਕੜਾ ਚਾਹੀਦਾ ਹੈ। ਸਪੋਕ ਨੂੰ 2 ਵਾਰ ਰਾਈਟ ਐਂਗਲ 'ਤੇ ਮੋੜੋ ਅਤੇ ਲੱਕੜੀ ਦੇ ਬੋਰਡ 'ਤੇ ਸਕਰਿਊ ਨਾਲ ਕੱਸ ਦਿਓ। ਸਪੋਕ ਦੀ ਟਿਪ ਪੁਆਇੰਟ ਵਰਗੀ ਤਿੱਖੀ ਹੋਣੀ ਚਾਹੀਦੀ ਹੈ। ਫਰੇਮ ਦੇ ਹਿੱਸੇ ਦੇ ਨਾਲ ਬਿਜਲੀ ਦੀ ਤਾਰ ਦਾ ਇੱਕ ਹਿੱਸਾ ਜੋੜ ਦਿਓ। ਬੈਟਰੀ ਦੇ ਬੇਸ 'ਤੇ ਇੱਕ ਮਜ਼ਬੂਤ ਨਿਓਡੇਨੀਅਮ ਚੁੰਬਕ ਲਗਾ ਦਿਓ। ਚੁੰਬਕ ਦੀ ਮਜ਼ਬੂਤੀ ਕਾਰਨ ਬੈਟਰੀ ਦਾ ਬਟਨ ਚੁੰਬਕ ਦਾ ਕੰਮ ਕਰੇਗਾ ਅਤੇ ਆਸਾਨੀ ਨਾਲ ਪੁਆਇੰਟਡ ਸਪੋਕ 'ਤੇ ਟੰਗਿਆ ਜਾਵੇਗਾ। ਹੁਣ ਤਾਰ ਦੇ ਦੂਜੇ ਸਿਰੇ ਨੂੰ ਚੁੰਬਕ ਲਗਾਓ ਤਾਂ ਉਹ ਘੁੰਮਣ ਲੱਗ ਜਾਵੇਗਾ ਅਤੇ ਸਰਕਟ ਨੂੰ ਪੂਰਾ ਕਰੇਗਾ। ਜੇਕਰ ਤੁਸੀਂ ਇਸ ਚੁੰਬਕ ਦੇ ਨਾਲ ਕਾਗਜ਼ ਦਾ ਕਲਿੱਪ ਜੋੜੋ ਤਾਂ ਉਹ ਪੱਖੇ ਦੇ ਬਲੇਡ ਵਾਂਗ ਤੇਜ਼ੀ ਨਾਲ ਘੁੰਮੇਗਾ। ਹੁਣ ਤੁਸੀਂ ਕਲਿੱਪ ਦੀ ਥਾਂ ਸਿੱਕਾ ਜੋੜ ਦਿਓ। ਹੁਣ ਜਦੋਂ ਤੁਸੀਂ ਸਿੱਕੇ ਨੂੰ ਤਾਰ ਦੇ ਨਾਲ ਜੋੜੋਗੇ ਤਾਂ ਉਹ ਹੌਲੀ ਘੁੰਮੇਗਾ। ਇਹ ਇਸ ਲਈ ਹੋ ਸਕਦਾ ਹੈ ਜਾਂ ਇਸ ਲਈ ਹੋ ਰਿਹਾ ਹੈ ਕਿਉਂਕਿ ਤਾਰ ਜ਼ਿਆਦਾ ਡਾਇਮੀਟਰ ਨੂੰ ਛੂੰਹਦੀ ਹੈ। ਇਸੇ ਕਰਕੇ ਜੇ ਤਾਰ ਘੱਟ ਡਾਇਮੀਟਰ ਨੂੰ ਛੂਏਗੀ ਤਾਂ ਉਹ ਤੇਜ਼ੀ ਨਾਲ ਘੁੰਮਦਾ ਹੈ। ਇਹ ਗੇਅਰ ਮਕੈਨਿਜ਼ਮ ਦੀ ਤਰ੍ਹਾਂ ਹੈ।